ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, 50 ਮਿੰਟ ਵੀ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ। ਅਤੇ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਇੱਕ ਅਜਿਹੇ ਵਿਸ਼ੇ ਦੀ ਜੋ ਕਿ ਤੁਹਾਨੂੰ ਸੋਚਣ ਲਈ ਮਜਬੂਰ ਕਰ ਦੇਵੇਗਾ ਕਿ ਜੇਕਰ ਇਹ ਚੀਜ਼ਾਂ ਤੁਹਾਡੇ ਸਮੇਂ 'ਤੇ ਹੋਈਆਂ ਹੁੰਦੀਆਂ ਤਾਂ ਅੱਜ ਤੁਹਾਡਾ ਫਿਊਚਰ ਕਿਵੇਂ ਦਾ ਹੋਣਾ ਸੀ। ਹਾਂਜੀ, ਅਸੀਂ ਗੱਲ ਕਰ ਰਹੇ ਹਾਂ ਜੋ ਸਕੂਲਾਂ ਵਿੱਚ ਅੱਜ ਕੱਲ੍ਹ ਸਟੱਡੀ ਕਰਾਈ ਜਾ ਰਹੀ ਹੈ ਉਸ ਦੀ। ਸੋ ਇੱਕ ਇੱਕ ਗੱਲ ਪੁਆਇੰਟ ਨਾਲ ਕਰਾਂਗੇ। ਸੋ ਬਹੁਤ ਹੀ ਇੰਟਰਸਟਿੰਗ ਵੀਡੀਓ ਹੋਣ ਜਾ ਰਹੀ ਆ, ਉਹਨਾਂ ਗੱਲਾਂ ਦੀ ਗੱਲ ਕਰਦੇ ਹਾਂ ਜੋ ਸਾਨੂੰ ਸਕੂਲ ਵਿੱਚ ਨਹੀਂ ਸਿਖਾਈਆਂ ਜਾਂਦੀਆਂ। ਸੋ ਜੇਕਰ ਇਹ ਗੱਲਾਂ ਸਾਨੂੰ ਸਕੂਲ ਵਿੱਚ ਦੱਸੀਆਂ ਜਾਣ ਤਾਂ ਅਸੀਂ ਜ਼ਿੰਦਗੀ ਵਿੱਚ ਕਾਮਯਾਬ ਹੋ ਸਕਦੇ ਹਾਂ ਬਹੁਤ ਜਲਦੀ ਅਤੇ ਬਹੁਤ ਆਸਾਨੀ ਨਾਲ। ਪਰ ਅਸਲ ਵਿੱਚ ਸਾਨੂੰ ਅੱਜ ਸਕੂਲਾਂ ਦੇ ਵਿੱਚ 100 ਸਾਲ ਪਹਿਲਾਂ ਕੀ ਹੋਇਆ ਸੀ ਉਸ ਬਾਰੇ ਪੜ੍ਹਾਇਆ ਜਾਂਦਾ ਹੈ, ਜਿਸ ਦਾ ਅਸਲ ਜ਼ਿੰਦਗੀ ਵਿੱਚ ਕੋਈ ਵੀ ਫਾਇਦਾ ਨਹੀਂ ਹੈ। ਕਿਉਂਕਿ ਕੋਈ ਵੀ ਇਨਸਾਨ ਪੜ੍ਹਾਈ ਕਿਸ ਲਈ ਕਰਦਾ ਹੈ? ਪੈਸੇ ਕਮਾਉਣ ਲਈ, ਜ਼ਿੰਦਗੀ ਵਿੱਚ ਕਾਮਯਾਬ ਹੋਣ ਲਈ, ਇੱਕ ਵਧੀਆ ਲਾਈਫ ਜੀਣ ਲਈ। ਜੇਕਰ ਸਕੂਲ ਵਿੱਚ ਸਾਨੂੰ ਉਹੀ ਚੀਜ਼ਾਂ ਕਰਾਈਆਂ ਜਾਣ ਜੋ ਸਾਨੂੰ ਪੈਸਾ ਕਮਾਉਣ ਵਿੱਚ ਮਦਦ ਕਰਨਗੀਆਂ ਤਾਂ ਸਾਡਾ ਕਿੰਨਾ ਫਾਇਦਾ ਹੋ ਸਕਦਾ ਹੈ। ਸੋ ਸਾਡੇ ਕਹਿਣ ਦਾ ਮਤਲਬ ਇਹ ਹੈ ਕਿ ਸਕੂਲਾਂ ਦੇ ਵਿੱਚ ਜੋ ਪੜ੍ਹਾਇਆ ਜਾ ਰਿਹਾ ਉਹਦੇ ਵਿੱਚ 50% ਬੇਫਾਲਤੂ ਹੈ ਜੋ ਸਾਨੂੰ ਕਦੇ ਵੀ ਜ਼ਿੰਦਗੀ ਵਿੱਚ ਕੰਮ ਨਹੀਂ ਆਉਣਾ। ਜੇਕਰ ਉਹਨਾਂ ਦੀ ਜਗ੍ਹਾ ਬਿਜ਼ਨਸ, ਫੇਲੀਅਰ ਦਾ ਸਾਹਮਣਾ, ਕਮਿਊਨੀਕੇਸ਼ਨ, ਇਨਵੈਸਟਮੈਂਟ ਅਤੇ ਵਧੀਆ ਇੱਕ ਲਾਈਫ ਸਟਾਈਲ 'ਤੇ ਕਿੱਦਾਂ ਕਿਸੇ ਨਾਲ ਗੱਲ ਕਰਨੀ ਹੈ ਇਹ ਚੀਜ਼ਾਂ ਸਿਖਾਈਆਂ ਜਾਣ ਤਾਂ ਅਸੀਂ ਬਹੁਤ ਅੱਗੇ ਜਾ ਸਕਦੇ ਹਾਂ। ਕਿਉਂਕਿ ਬਾਹਰਲੀਆਂ ਕੰਟਰੀਆਂ ਵਿੱਚ ਇਹੀ ਤਾਂ ਸਿਖਾਇਆ ਜਾਂਦਾ ਹੈ। ਅੱਗੇ ਵਧਣ ਤੋਂ ਪਹਿਲਾਂ ਨਾਲ ਦੀ ਨਾਲ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਅਤੇ ਜਿਹੜੇ ਯਾਰ ਮਿੱਤਰ ਨਵੇਂ ਆਏ ਨੇ ਉਹ ਹਰ ਰੋਜ਼ ਮੋਟੀਵੇਟ ਦਾ ਡੋਜ਼ ਲੈਣ ਲਈ ਸਾਨੂੰ ਫੇਸਬੁੱਕ, ਇੰਸਟਾਗ੍ਰਾਮ ਅਤੇ ਟਿਕਟੋਕ 'ਤੇ ਫੋਲੋ ਕਰ ਸਕਦੇ ਨੇ, ਜਿਸ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ 'ਚ ਮਿਲ ਜਾਵੇਗਾ। ਅਤੇ ਨੰਬਰ 1 ਦੀ ਗੱਲ ਕਰਦੇ ਹਾਂ, ਸਾਨੂੰ ਸਕੂਲ ਵਿੱਚ ਕਿਸੇ ਵੀ ਚੀਜ਼ ਨੂੰ ਵੇਚਣ ਬਾਰੇ ਨਹੀਂ ਸਿਖਾਇਆ ਜਾਂਦਾ। ਮਤਲਬ ਉਹ ਚੀਜ਼ ਸਾਡੇ ਅੰਦਰ ਪੈਦਾ ਹੀ ਨਹੀਂ ਕੀਤੀ ਜਾਂਦੀ। ਪਰ ਜੇਕਰ ਸਾਨੂੰ ਕਿਸੇ ਚੀਜ਼ ਨੂੰ ਵੇਚਣ ਬਾਰੇ ਸਿਖਾਇਆ ਜਾਵੇ ਤਾਂ ਸਾਨੂੰ ਬਹੁਤ ਸਾਰੀਆਂ ਨੌਕਰੀਆਂ ਮਿਲ ਸਕਦੀਆਂ ਨੇ, ਕਿਉਂਕਿ ਬਹੁਤ ਸਾਰੇ ਕੰਮਾਂ ਵਿੱਚ ਵਧੀਆ ਬੋਲਣ ਵਾਲੇ ਦੀ ਜ਼ਰੂਰਤ ਹੁੰਦੀ ਆ। ਪਰ ਸਾਨੂੰ ਸਕੂਲਾਂ ਵਿੱਚ ਇਹ ਸਿਖਾਇਆ ਨਹੀਂ ਜਾਂਦਾ ਅਤੇ ਉਸ ਤੋਂ ਬਾਅਦ ਅਸੀਂ ਸਾਰੀ ਉਮਰ ਉਸੇ ਤਰ੍ਹਾਂ ਜਿਉਂਦੇ ਰਹਿੰਦੇ ਹਾਂ, ਕਿਉਂਕਿ ਉਸ ਵਕਤ ਸਮਾਂ ਗੁਜ਼ਰ ਚੁੱਕਿਆ ਹੁੰਦਾ ਹੈ। ਅਸਲ ਵਿੱਚ ਸਾਡਾ ਪ੍ਰੋਡਕਟ ਵਿਕਦਾ ਹੀ ਉਦੋਂ ਹੈ ਜਦੋਂ ਅਸੀਂ ਕਮਿਊਨੀਕੇਸ਼ਨ ਵਧੀਆ ਕਰਦੇ ਹਾਂ, ਮਤਲਬ ਕਿ ਅਸੀਂ ਵਧੀਆ ਤਰੀਕੇ ਨਾਲ ਬੋਲ ਕੇ ਬੰਦੇ ਨੂੰ ਆਪਣੇ ਵੱਲ ਆਕਰਸ਼ਿਤ ਕਰਦੇ ਹਾਂ। ਸੋ ਇਹ ਤਾਂ ਤੁਸੀਂ ਵੀ ਦੇਖਿਆ ਹੋਣਾ ਕਿ ਜਦੋਂ ਤੁਸੀਂ ਕੋਈ ਚੀਜ਼ ਖਰੀਦਣ ਜਾਂਦੇ ਹੋ ਤਾਂ ਜੇਕਰ ਦੁਕਾਨਦਾਰ ਤੁਹਾਡੇ ਨਾਲ ਵਧੀਆ ਵਤੀਰਾ ਕਰਦਾ ਹੈ ਤਾਂ ਤੁਸੀਂ ਉਹਦੇ ਵੱਲ ਆਕਰਸ਼ਿਤ ਹੋ ਜਾਂਦੇ ਹੋ ਅਤੇ ਤੁਸੀਂ ਸੋਚਦੇ ਹੋ ਕਿ ਯਾਰ ਬੰਦਾ ਬਹੁਤ ਵਧੀਆ, ਆਪਾਂ ਇਸ ਤੋਂ ਹੀ ਸਮਾਨ ਲੈਣਾ। ਪਰ ਇਸ ਤੋਂ ਆਪੋਜਿਟ ਜੇਕਰ ਤੁਸੀਂ ਕਿਸੇ ਦੁਕਾਨ 'ਤੇ ਜਾਂਦੇ ਹੋ ਅਤੇ ਉੱਥੇ ਤੁਹਾਨੂੰ ਕੋਈ ਚੰਗੀ ਤਰ੍ਹਾਂ ਪੁੱਛਦਾ ਨਹੀਂ ਹੈ ਤਾਂ ਉਸ ਦੁਕਾਨ ਤੋਂ 50% ਚਾਂਸ ਘੱਟ ਜਾਂਦੇ ਨੇ ਸਮਾਨ ਖਰੀਦਣ ਦੇ। ਅਤੇ ਜਿਸ ਤੋਂ ਬਾਅਦ ਅਕਸਰ ਸਾਡਾ ਇਹੀ ਸੋਚਣਾ ਹੁੰਦਾ ਕਿ ਇਹ ਤਾਂ ਹੁਣ ਨਹੀਂ ਪੁੱਛ ਰਹੇ, ਸਮਾਨ ਦੇਣ ਤੋਂ ਬਾਅਦ ਕੀ ਪੁੱਛਣਗੇ। ਸੋ ਕਹਿਣ ਦਾ ਮਤਲਬ ਹੈ ਜੋ ਬੰਦੇ ਵਧੀਆ ਤਰੀਕੇ ਨਾਲ ਬੋਲਦੇ ਨੇ ਅਤੇ ਮਿੱਠਾ ਬੋਲਦੇ ਨੇ ਉਹਨਾਂ ਦਾ ਬਿਜ਼ਨਸ ਜ਼ਿਆਦਾ ਚੱਲਦਾ ਹੈ। ਸੋ ਇਹ ਪੁਆਇੰਟ ਤੁਸੀਂ ਸਾਡੇ ਕੋਲੋਂ ਵੀ ਸਮਝ ਚੁੱਕੇ ਹੋ, ਪਰ ਜੇਕਰ ਇਹ ਚੰਗੀ ਤਰ੍ਹਾਂ ਸਕੂਲਾਂ ਦੇ ਵਿੱਚ ਸਮਝਾਇਆ ਜਾਵੇ ਤਾਂ ਹਰ ਇੱਕ ਇਨਸਾਨ ਦਾ ਬਹੁਤ ਵਧੀਆ ਫਿਊਚਰ ਬਣ ਸਕਦਾ ਹੈ। ਸੋ ਨੰਬਰ 2 'ਤੇ ਗੱਲ ਕਰਦੇ ਹਾਂ, ਸਾਨੂੰ ਸੋਚਣ ਬਾਰੇ ਨਹੀਂ ਸਿਖਾਇਆ ਜਾਂਦਾ, ਮਤਲਬ ਆਪਣੇ ਆਈਡੀਏ ਨੂੰ ਸਾਹਮਣੇ ਨਹੀਂ ਰੱਖਣ ਦਿੱਤਾ ਜਾਂਦਾ। ਅਸੀਂ ਸਕੂਲਾਂ ਵਿੱਚ ਕ੍ਰੀਏਟਿਵ ਨਹੀਂ ਬਣਦੇ। ਸੋ ਜਿਸ ਦਾ ਕਾਰਨ ਹੈ ਕਿ 80% ਬੱਚੇ ਜੋ ਕ੍ਰੀਏਟਿਵ ਬਣ ਸਕਦੇ ਸੀ ਸਿਰਫ ਥੋੜ੍ਹਾ ਜਿਹਾ ਦੱਸਣ ਤੋਂ ਬਾਅਦ, ਪਰ ਉਹ ਨਹੀਂ ਬਣ ਸਕੇ। ਸੋ ਵੱਡੇ ਹੋਣ ਤੋਂ ਬਾਅਦ ਇਨਸਾਨ ਨੂੰ ਕਿਹਾ ਜਾਂਦਾ ਕਿ ਆਪਣੇ ਵਿੱਚ ਕ੍ਰੀਏਟੀਵਿਟੀ ਲੈ ਕੇ ਆਓ। ਸੋ ਕਿੱਥੋਂ ਲੈ ਕੇ ਆਵੇ ਕ੍ਰੀਏਟੀਵਿਟੀ ਬੰਦਾ? ਅਤੇ ਅਸੀਂ ਸਕੂਲਾਂ ਵਿੱਚ ਆਪਣੇ ਅਧਿਆਪਕ ਨੂੰ ਕੋਈ ਸਲਾਹ ਨਹੀਂ ਦੇ ਸਕਦੇ, ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਉਹ ਬਹੁਤ ਹੁਸ਼ਿਆਰ ਨੇ ਅਤੇ ਜੋ ਉਹਨਾਂ ਨੇ ਕਹਿ ਦਿੱਤਾ ਉਹੀ ਪੜ੍ਹਨਾ ਅਤੇ ਲਿਖਣਾ ਹੈ। ਅਤੇ ਉਹਨਾਂ ਦਾ ਸੋਚਣਾ ਇਹ ਹੈ ਕਿ ਬੇਸ਼ੱਕ ਤੁਹਾਨੂੰ ਉਹ ਚੀਜ਼ ਸਮਝ ਨਾ ਆਵੇ, ਬਸ ਰੱਟਾ ਮਾਰ ਕੇ ਲਿਖ ਦਿਓ। ਅਸਲ ਵਿੱਚ ਕੁੱਲ ਮਿਲਾ ਕੇ ਅਧਿਆਪਕਾਂ ਦਾ ਮੇਨ ਮਕਸਦ ਸਿਰਫ ਇੰਨਾ ਹੁੰਦਾ ਹੈ ਕਿ ਉਹਨਾਂ ਦਾ ਸਿਲੇਬਸ ਪੂਰਾ ਹੋ ਜਾਵੇ, ਬਸ। ਇਸ ਤੋਂ ਜ਼ਿਆਦਾ ਬੱਚੇ ਨੂੰ ਕੁਝ ਆਵੇ ਨਾ ਆਵੇ ਉਹਨਾਂ ਨੂੰ ਕੋਈ ਲੈਣਾ ਦੇਣਾ ਨਹੀਂ। ਸੋ ਅਸਲ ਵਿੱਚ ਅਧਿਆਪਕਾਂ ਨੂੰ ਬੱਚਿਆਂ ਨੂੰ ਵੀ ਸੋਚਣ ਦੇਣਾ ਚਾਹੀਦਾ ਹੈ ਅਤੇ ਉਹਨਾਂ ਦੀ ਗੱਲ ਸੁਣਨੀ ਵੀ ਚਾਹੀਦੀ ਆ। ਸੋ ਅਗਲੇ ਪੁਆਇੰਟ ਦੀ ਗੱਲ ਕਰਦੇ ਹਾਂ ਜਿਹਦਾ ਸਾਡੇ ਦੇਸ਼ 'ਤੇ ਬਹੁਤ ਜ਼ਿਆਦਾ ਅਸਰ ਹੈ। ਸਾਨੂੰ ਫੇਲੀਅਰ ਦਾ ਸਾਹਮਣਾ ਕਰਨਾ ਨਹੀਂ ਸਿਖਾਇਆ ਜਾਂਦਾ, ਸਗੋਂ ਜਦੋਂ ਅਸੀਂ ਕਿਸੇ ਕਲਾਸ ਵਿੱਚ ਫੇਲ ਹੋ ਕੇ ਉਸੇ ਕਲਾਸ ਵਿੱਚ ਦੁਬਾਰਾ ਜਾਂਦੇ ਹਾਂ ਤਾਂ ਸਾਰਾ ਸਾਲ ਇੱਕ ਹੀ ਲਾਈਨ ਸੁਣਨ ਨੂੰ ਮਿਲਦੀ ਆ ਕਿ ਤੂੰ ਇਹ ਸਾਲ ਤਾਂ ਫੇਲ ਹੋ ਗਿਆ ਅਤੇ ਹੁਣ ਵੀ ਤੂੰ ਪੜ੍ਹਦਾ ਨਹੀਂ, ਐਤਕੀ ਵੀ ਤੇਰਾ ਔਖਾ ਹੀ ਲੱਗਦਾ ਅਤੇ ਤੈਨੂੰ ਸ਼ਰਮ ਨਹੀਂ ਆਉਂਦੀ, ਆਪਣੇ ਗੁਆਂਢੀਆਂ ਦੇ ਨਿਆਣੇ ਤੂੰ ਸਿੱਖ ਲੈ ਕੁਝ। ਸੋ ਕੁੱਲ ਮਿਲਾ ਕੇ ਫੇਲ ਬੱਚੇ ਦੀ ਬੇਇੱਜ਼ਤੀ ਕੀਤੀ ਜਾਂਦੀ ਹੈ ਅਤੇ
ਜਿਸ ਦਾ ਨਤੀਜਾ ਅਸੀਂ ਅਕਸਰ ਰਿਜ਼ਲਟ ਆਉਣ ਤੋਂ ਬਾਅਦ ਅਖਬਾਰਾਂ ਦੇ ਵਿੱਚ ਦੇਖਦੇ ਹਾਂ। ਜਦਕਿ ਇਹ ਹੋਣਾ ਚਾਹੀਦਾ ਕਿ ਅਧਿਆਪਕ ਅਤੇ ਪੇਰੈਂਟਸ ਉਸੇ ਬੱਚੇ ਨੂੰ ਇਹ ਸਮਝਾਉਣ ਕਿ ਫੇਲ ਹੋਣਾ ਜ਼ਿੰਦਗੀ ਖਤਮ ਹੋਣਾ ਨਹੀਂ, ਅਸੀਂ ਦੁਬਾਰਾ ਪਾਸ ਹੋ ਸਕਦੇ ਹਾਂ। ਪਰ ਨਹੀਂ, ਇੱਥੇ ਫੇਲ ਬੱਚਿਆਂ ਦੀ ਸਾਰੀ ਕਲਾਸ ਸਾਹਮਣੇ ਬੇਇੱਜ਼ਤੀ ਕੀਤੀ ਜਾਂਦੀ ਹੈ, ਅਤੇ ਜੋ ਨਹੀਂ ਕਰਨੀ ਚਾਹੀਦੀ। ਅਤੇ ਨੰਬਰ 4 ਦੀ ਗੱਲ ਕਰਦੇ, ਸਾਨੂੰ ਆਪਣੇ ਪੈਸੇ ਨੂੰ ਇਨਵੈਸਟ ਨਹੀਂ ਕਰਨਾ ਸਿਖਾਇਆ ਜਾਂਦਾ, ਅਤੇ ਜੋ ਕਿ ਬਹੁਤ ਜ਼ਿਆਦਾ ਜ਼ਰੂਰੀ ਹੈ। ਕਿਉਂਕਿ ਜਦੋਂ ਆਮ ਇਨਸਾਨ ਕੋਲ ਪੈਸਾ ਆ ਜਾਂਦਾ ਹੈ ਤਾਂ ਉਹ ਆਪਦੇ ਪੈਰ ਛੱਡ ਦਿੰਦਾ ਹੈ, ਅਤੇ ਉਹ ਧਰਤੀ ਤੋਂ 2-2 ਫੁੱਟ ਉੱਚਾ ਉੱਡਦਾ, ਅਤੇ ਉਹਨੂੰ ਲੱਗਦਾ ਕਿ ਮੇਰੇ ਵਰਗਾ ਕੋਈ ਨਹੀਂ। ਜਦਕਿ ਉਹਨੂੰ ਇਹ ਨਹੀਂ ਪਤਾ ਹੁੰਦਾ ਕਿ ਪੈਸਾ ਕਦੇ ਵੀ ਨਹੀਂ ਰੁਕਦਾ ਹੁੰਦਾ, ਪਰ ਉਹਨੂੰ ਉਸ ਵਕਤ ਲੱਗਦਾ ਹੁੰਦਾ ਕਿ ਪੈਸਾ ਬਹੁਤ ਆ ਗਿਆ, ਹੁਣ ਨਹੀਂ ਮੁੱਕਦਾ, ਅਤੇ ਉਹ ਆਪਦੀਆਂ ਲੋੜ ਦੀਆਂ ਚੀਜ਼ਾਂ ਖਰੀਦਣ ਲੱਗ ਜਾਂਦਾ, ਅਤੇ ਲੋਕਾਂ ਦੇ ਵਿੱਚ ਵਿਖਾਵਾ ਕਰਨਾ ਸ਼ੁਰੂ ਕਰ ਦਿੰਦਾ। ਅਤੇ ਉਹਨਾਂ ਨੂੰ ਇਹ ਸਿਖਾਉਣਾ ਚਾਹੀਦਾ ਕਿ ਤੁਸੀਂ ਕੰਮ ਕਰਕੇ ਹੀ ਨਹੀਂ ਪੈਸਾ ਕਮਾ ਸਕਦੇ, ਤੁਸੀਂ ਪੈਸੇ ਨਾਲ ਪੈਸਾ ਵੀ ਕਮਾ ਸਕਦੇ ਹੋ। 2-4 ਕਿਵੇਂ ਬਣਾ ਸਕਦੇ ਹੋ, ਅਤੇ ਜੇਕਰ ਉਹਨਾਂ ਨੂੰ ਇਹ ਬਣਾਉਣਾ ਆ ਗਿਆ ਤਾਂ ਉਹ ਗਰੀਬ ਨਹੀਂ ਹੋਣਗੇ। ਪਰ ਜਦੋਂ ਇੱਕ ਆਮ ਇਨਸਾਨ ਕੋਲ ਪੈਸਾ ਆਉਂਦਾ ਤਾਂ ਉਹ ਬਹੁਤ ਜਲਦੀ ਖਤਮ ਹੋ ਜਾਂਦਾ, ਕਿਉਂਕਿ ਉਹਨੂੰ ਸਾਂਭਣਾ ਅਤੇ ਇਨਵੈਸਟ ਕਰਨਾ ਨਹੀਂ ਆਉਂਦਾ। ਸੋ ਇਹ ਚੀਜ਼ਾਂ ਨੂੰ ਸਿਖਾਉਣ ਦੀ ਬਹੁਤ ਜ਼ਿਆਦਾ ਲੋੜ ਆ, ਕਿਉਂਕਿ ਪੈਸਾ ਇਨਵੈਸਟ ਕਰਕੇ ਹੀ ਬਚਾਇਆ ਜਾ ਸਕਦਾ, ਸੇਵ ਕਰਕੇ ਨਹੀਂ। ਅਤੇ ਅਗਲੇ ਸਭ ਤੋਂ ਜ਼ਰੂਰੀ ਪੁਆਇੰਟ ਦੀ ਗੱਲ ਕਰਦੇ ਹਾਂ, ਸਾਨੂੰ ਬਿਜ਼ਨਸ ਕਰਨ ਬਾਰੇ ਨਹੀਂ ਦੱਸਿਆ ਜਾਂਦਾ। ਸੋ ਬਿਜ਼ਨਸ ਸ਼ੁਰੂ ਕਰਨਾ ਮਤਲਬ ਇਹ ਨਹੀਂ ਕਿ ਅੰਬਾਨੀ ਹੀ ਬਣਨਾ, ਸਾਡੇ ਕਹਿਣ ਦਾ ਮਤਲਬ ਇਹ ਹੈ ਕਿ ਨੌਕਰੀ ਨਾ ਮਿਲਣ 'ਤੇ ਅਸੀਂ ਕੋਈ ਆਪ ਦਾ ਕੰਮ ਸ਼ੁਰੂ ਕਰ ਸਕੀਏ, ਪਰ ਅਸਲ ਵਿੱਚ ਉੱਥੇ ਸਾਨੂੰ ਮਸ਼ੀਨ ਬਣਨਾ ਸਿਖਾਇਆ ਜਾਂਦਾ ਹੈ ਜੋ ਸਿਰਫ ਦੂਜਿਆਂ ਲਈ ਕੰਮ ਕਰੇ। ਅਤੇ ਕਈ ਲੋਕਾਂ ਦਾ ਸੋਚਣਾ ਇਹ ਆ ਕਿ ਬਿਜ਼ਨਸ ਇੱਕ ਬਹੁਤ ਵੱਡੀ ਗੱਲ ਹੈ ਅਤੇ ਬਿਜ਼ਨਸ ਕਰਨ ਵਾਸਤੇ ਬਹੁਤ ਜ਼ਿਆਦਾ ਪੈਸੇ ਦੀ ਲੋੜ ਹੈ। ਅਸਲ ਵਿੱਚ ਅਸੀਂ ਕੋਈ ਵੀ ਆਪਦਾ ਛੋਟਾ ਜਿਹਾ ਕੰਮ ਵੀ ਸ਼ੁਰੂ ਕਰੀਏ ਉਹ ਬਿਜ਼ਨਸ ਹੁੰਦਾ ਹੈ। ਜਿਹੜੇ ਕੰਮ 'ਤੇ ਸਾਡੇ ਉੱਪਰ ਕੋਈ ਬੌਸ ਨਹੀਂ ਉਹ ਸਾਡਾ ਆਪਦਾ ਬਿਜ਼ਨਸ ਹੁੰਦਾ ਹੈ, ਅਤੇ ਉਹਦੇ ਵਿੱਚ ਜੇਕਰ ਤੁਹਾਨੂੰ ਕੋਈ ਵੀ ਲਾਸ ਹੁੰਦਾ ਤਾਂ ਉਹਦਾ ਤੁਹਾਨੂੰ ਘਾਟਾ ਪਵੇਗਾ, ਅਤੇ ਜੇਕਰ ਕੋਈ ਵੀ ਫਾਇਦਾ ਹੁੰਦਾ ਤਾਂ ਉਹਦਾ ਤੁਹਾਨੂੰ ਫਾਇਦਾ ਹੋਵੇਗਾ। ਸੋ ਇੱਕ ਛੋਟਾ ਜਿਹਾ ਬੱਚਾ ਪੈਨਸਲ ਵੇਚ ਰਿਹਾ ਹੈ ਤਾਂ ਉਹ ਵੀ ਬਿਜ਼ਨਸ ਹੀ ਕਰ ਰਿਹਾ ਹੈ, ਮਤਲਬ ਕੁੱਲ ਮਿਲਾ ਕੇ 10-50 ਕਿਵੇਂ ਬਣਾਉਣੇ ਨੇ ਉਹਨੂੰ ਅਸੀਂ ਬਿਜ਼ਨਸ ਕਹਿੰਦੇ ਹਾਂ, ਨਾ ਕਿ ਕਰੋੜ ਤੋਂ ਸ਼ੁਰੂ ਕਰੋ ਜਾਂ ਲੱਖਾਂ ਤੋਂ ਸ਼ੁਰੂ ਕਰੋ ਤੁਸੀਂ ਬਿਜ਼ਨਸ ਕਰਨਾ। ਸੋ ਬਿਜ਼ਨਸ ਨੂੰ ਇੱਕ ਬਹੁਤ ਬੜੇ ਪੈਮਾਨੇ 'ਤੇ ਸੋਚਣ ਦੀ ਲੋੜ ਨਹੀਂ, ਇਹਨੂੰ ਛੋਟੇ ਜਿਹੇ ਲੈਵਲ 'ਤੇ ਸ਼ੁਰੂ ਕਰਕੇ ਦੇਖੋ, ਬਹੁਤ ਜ਼ਿਆਦਾ ਸਵਾਦ ਆਊਗਾ, ਕਿਉਂਕਿ ਉਹਦੇ ਵਿੱਚ ਲੌਸ ਘੱਟ ਹੋਵੇਗਾ ਅਤੇ ਫਾਇਦਾ ਜ਼ਿਆਦਾ। ਸੋ ਇਹਦੇ ਵਿੱਚ ਸਾਨੂੰ ਕੋਈ ਸ਼ਰਮ ਨਹੀਂ ਆਉਣੀ ਚਾਹੀਦੀ ਕਿ ਅਸੀਂ ਛੋਟਾ ਕੰਮ ਕਰ ਰਹੇ ਹਾਂ, ਬਲਕਿ ਤੁਹਾਨੂੰ ਆਪਣੇ ਉੱਤੇ ਪ੍ਰਾਊਡ ਫੀਲ ਹੋਣਾ ਚਾਹੀਦਾ ਕਿ ਤੁਸੀਂ ਆਪ ਦਾ ਬਿਜ਼ਨਸ ਕਰ ਰਹੇ ਹੋ, ਕਿਸੇ ਦੇ ਹੇਠਾਂ ਨੌਕਰ ਨਹੀਂ। ਸੋ ਕੁੱਲ ਮਿਲਾ ਕੇ ਇਹੀ ਕਹਿਣ ਦਾ ਮਤਲਬ ਹੈ ਕਿ ਸਾਡੇ ਇੰਨੇ ਕੁ ਦੱਸਣ ਨਾਲ ਜੇਕਰ ਤੁਹਾਨੂੰ ਮੋਟੀਵੇਸ਼ਨ ਮਿਲਦੀ ਆ, ਤਾਂ ਜੇਕਰ ਸਾਰਾ ਸਾਲ ਸਕੂਲ ਵਾਲੇ ਇਹ ਚੀਜ਼ਾਂ ਨੂੰ ਪੜ੍ਹਾਉਣ ਤਾਂ ਅਸੀਂ ਕੀ ਕੁਝ ਨਹੀਂ ਕਰ ਸਕਦੇ। ਅਤੇ ਜਿਸ ਤਰ੍ਹਾਂ ਸਮਾਂ ਬਦਲ ਰਿਹਾ ਹੈ, ਤੁਸੀਂ ਆਉਣ ਵਾਲੇ ਕੁਝ ਕੁ ਸਾਲਾਂ ਦੇ ਵਿੱਚ ਦੇਖੋਗੇ ਕਿ ਬਿਜ਼ਨਸ ਸਕੂਲ ਖੁੱਲ੍ਹ ਜਾਣਗੇ ਅਤੇ ਜਿਨ੍ਹਾਂ ਦੀ ਹੁਣ ਪ੍ਰੋਸੈਸਿੰਗ ਚੱਲ ਵੀ ਰਹੀ ਆ, ਅਤੇ ਉਹਨਾਂ ਦੇ ਆਉਣ ਤੋਂ ਬਾਅਦ ਇਹ ਸਾਰੇ ਸਕੂਲ ਵਾਲਿਆਂ ਨੂੰ ਵੀ ਸਟੈਪ ਚੱਕਣੇ ਪੈਣਗੇ, ਕਿਉਂਕਿ ਨਹੀਂ ਤਾਂ ਇਹਨਾਂ ਦੇ ਬਿਜ਼ਨਸ ਵੀ ਘਾਟੇ ਦੇ ਵਿੱਚ ਜਾਣਗੇ। ਅਤੇ ਜਿਹਦੀ ਇੱਕ ਬਹੁਤ ਸਰਲ ਉਦਾਹਰਣ ਤੁਸੀਂ ਲੈ ਸਕਦੇ ਹੋ, ਜਿਵੇਂ ਕਿ ਜੀਓ ਦੇ ਆਉਣ ਤੋਂ ਬਾਅਦ ਬਾਕੀ ਸਾਰੀਆਂ ਕੰਪਨੀਆਂ ਨੂੰ ਉਹੀ ਆਫਰ ਦੇਣੇ ਪਏ ਜੋ ਜੀਓ ਦੇ ਰਿਹਾ। ਸੋ ਇਹਨਾਂ ਵਿੱਚੋਂ ਤੁਹਾਨੂੰ ਕਿਹੜਾ ਪੁਆਇੰਟ ਵਧੀਆ ਲੱਗਿਆ ਅਤੇ ਕਿਹੜਾ ਬਹੁਤ ਜ਼ਿਆਦਾ ਸਾਡੇ ਲਈ ਜ਼ਰੂਰੀ ਹੈ ਜੋ ਸਕੂਲਾਂ ਦੇ ਵਿੱਚ ਹੋਣਾ ਚਾਹੀਦਾ, ਕਮੈਂਟ ਕਰਕੇ ਜ਼ਰੂਰ ਦੱਸਿਓ, ਅਤੇ ਵੱਧ ਤੋਂ ਵੱਧ ਲੋਕਾਂ ਤੱਕ ਇਹ ਵੀਡੀਓ ਨੂੰ ਸ਼ੇਅਰ ਕਰੋ ਤਾਂ ਜੋ ਹਰ ਇੱਕ ਇਨਸਾਨ ਤੱਕ ਇਹ ਇਨਫੋਰਮੇਸ਼ਨ ਪਹੁੰਚ ਸਕੇ। ਸੋ ਹਰ ਰੋਜ਼ ਮੋਟੀਵੇਟ ਦਾ ਡੋਜ਼ ਲੈਣ ਲਈ ਸਾਨੂੰ ਫੇਸਬੁੱਕ, ਇੰਸਟਾਗ੍ਰਾਮ ਅਤੇ ਟਿਕਟੋਕ 'ਤੇ ਫੋਲੋ ਕਰ ਸਕਦੇ ਹੋ, ਜਿਸ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ 'ਚ ਮਿਲ ਜਾਵੇਗਾ। ਸੋ ਨਵੇਂ ਦੋਸਤਾਂ ਨੂੰ ਬੇਨਤੀ ਹੈ ਕਿ ਹੋ ਸਕੇ ਤਾਂ ਚੈਨਲ ਸਬਸਕ੍ਰਾਈਬ ਕਰ ਲਿਓ ਅਤੇ ਨਾਲ ਦੀ ਨਾਲ ਬੈਲ ਦਾ ਬਟਨ ਜ਼ਰੂਰ ਦੱਬ ਲਿਓ ਤਾਂ ਜੋ ਸਾਡੀ ਨਵੀਂ ਵੀਡੀਓ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ। ਥੈਂਕ ਯੂ, ਧੰਨਵਾਦ।